ਜਿਹੜੇ ਲੋਕ ਜਿੰਦਾ ਤੇ ਸੁੱਖਾਂ ਨੂੰ ਜਿਹੜੇ ਗਲਤ ਕਹਿੰਦੇ ਆ ਉਹ ਮੈਨੂੰ ਆਪਣੇ ਦਿਲ ਤੇ ਹੱਥ ਰੱਖ ਕੇ ਸੱਚੀ ਗੱਲ ਦੱਸੋ। ਮਰਨਾ ਤੇ ਅਸੀਂ ਵੀ ਹੈ, ਦੁਨੀਆ ਤੋਂ ਅਸੀਂ ਵੀ ਜਾਣਾ। ਅਗਰ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ, ਅਗਰ ਇੰਦਰਾ ਗਾਂਧੀ ਦੁਨੀਆ ਦੇ ਉੱਤੇ ਨਹੀਂ ਹੈ ਤਾਂ ਰਹਿਣਾ ਅਸੀਂ ਵੀ ਨਹੀਂ ਹੈ। ਇੱਕ ਚੀਜ਼ ਰਹੇਗੀ ਦੁਨੀਆ ਦੇ ਉੱਤੇ, ਉਹਦਾ ਨਾਮ ਹੈ ਸੱਚ। ਆਪਣੇ ਦਿਲ ਤੇ ਹੱਥ ਰੱਖ ਕੇ ਤੁਸੀਂ ਸੱਚੀ ਗੱਲ ਦੱਸੋ, ਦੋਵਾਂ 'ਚੋਂ ਕਾਮਯਾਬ ਕੌਣ ਹੋਏ ਆ? ਇੰਦਰਾ ਗਾਂਧੀ ਕਾਮਯਾਬ ਹੋਈ ਹੈ ਜਾਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਕਾਮਯਾਬ ਹੋਇਆ? ਇਹਨਾਂ ਨੇ ਕੀ ਸਮਝਿਆ? ਗੌਰਮੈਂਟ ਨੇ ਕੀ ਸਮਝਿਆ? ਗੋਦੀ ਮੀਡੀਆ ਅੱਜ ਕੱਲ੍ਹ ਦੀ ਕੀ ਸਮਝਦੀ ਹੈ? ਅਸੀਂ ਮਤਲਬ ਕਿ ਇਹਨਾਂ ਨੂੰ ਸ਼ਹੀਦ ਕਰਕੇ, ਅਸੀਂ ਬਲਿਊ ਸਟਾਰ ਦਾ ਆਪਰੇਸ਼ਨ ਕਰਕੇ, ਅਸੀਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਹੀਦ ਕਰਕੇ ਕੀ ਅਸੀਂ ਕਾਮਯਾਬ ਹੋ ਜਾਵਾਂਗੇ? ਨਹੀਂ, ਇਹ ਕਾਮਯਾਬ ਨਹੀਂ ਹੋਈ। ਹਿਸਟਰੀ ਨੇ ਸਾਬਤ ਕੀ ਕੀਤਾ ਵੈ, ਅੱਜ ਦੁਨੀਆ ਕੀ, ਅੱਜ ਦੁਨੀਆ ਅਸੀਂ, ਅੱਜ ਸਾਡੇ ਕੋਲ ਪੁੱਛੋ ਕੌਣ ਕਾਮਯਾਬ ਹੋਇਆ ਵੈ। ਅਸਲਾਮ ਅਲੈਕੁਮ ਵਿਵਰਸ, ਜਿੰਦਾ ਅਤੇ ਸੁੱਖਾ ਦੋ ਭਰਾਵਾਂ ਦੀ, ਦੋ ਸਿੱਖ ਭਰਾ ਮੈਂ ਕਹਿ ਸਕਣਾ ਇਹਨਾਂ ਨੂੰ। 9 ਅਕਤੂਬਰ ਦੇ ਦਿਨ ਇਹਨਾਂ ਨੂੰ ਸ਼ਹੀਦ ਕੀਤਾ ਗਿਆ, ਇਹਨਾਂ ਨੂੰ ਫਾਂਸੀ ਦਿੱਤੀ ਗਈ ਹੈ। ਕੀ ਇਹ ਜਿੱਤ ਗਏ ਹੈ ਜਾਂ ਹਾਰ ਗਏ ਹੈ? ਇਹ ਸ਼ਹੀਦ ਅੱਜ ਕਾਮਯਾਬ ਹੈ ਜਾਂ ਨਾਕਾਮ ਹੈ? ਅੱਜ ਆਪਾਂ ਇਸ ਵੀਡੀਓ ਦੇ ਵਿੱਚ ਦੇਖਾਂਗੇ। ਪਹਿਲੇ ਆਪਾਂ ਵੀਡੀਓ ਦੇਖ ਰਹੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਰਾਈਟ ਕਰਨੇ ਹੈ। ਵਟਸਐਪ ਆਉਂਦੇ ਆ, ਇੰਸਟਾਗ੍ਰਾਮ ਆਉਂਦੇ ਆ, ਫੇਸਬੁੱਕ ਆਉਂਦੇ ਆ। ਫੇਸਬੁੱਕ 'ਚ ਤਾਂ ਮੇਰੇ ਪੇਜ ਨੂੰ ਲਾਈਕ ਕਰੋ, ਵਟਸਐਪ 'ਤੇ ਮੈਨੂੰ ਮਜ਼ੀਦ ਇੱਦਾਂ ਦੀਆਂ ਵੀਡੀਓਜ਼ ਸੈਂਡ ਕਰੋ। ਸੋ ਆਓ ਵੀਡੀਓ ਸਟਾਰਟ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਦਰਸ਼ਕੋ, ਜੂਨ 1984 ਵਿੱਚ ਸ਼੍ਰੀ ਹਰਿਮੰਦਰ ਸਾਹਿਬ 'ਤੇ ਕੀਤੇ ਗਏ ਸਾਕਾ ਨੀਲਾ ਤਾਰਾ ਫੌਜੀ ਹਮਲੇ ਦੇ ਰੋਸ ਵਜੋਂ ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਵੈਦਿਆ ਨੂੰ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਨੇ ਪੁਣੇ ਵਿੱਚ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ, ਜਿਸ ਕਾਰਨ ਇਹਨਾਂ ਦੋਵਾਂ ਸਿੱਖ ਨੌਜਵਾਨਾਂ ਨੂੰ 9 ਅਕਤੂਬਰ 1992 ਵਿੱਚ ਪੁਣੇ ਦੀ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਸ਼ਹੀਦ ਸੁਖਦੇਵ ਸਿੰਘ ਸੁੱਖਾ ਤੇ ਹਰਜਿੰਦਰ ਸਿੰਘ ਜਿੰਦਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਕੌਮ ਦੇ ਸ਼ਹੀਦ ਐਲਾਨਿਆ ਹੋਇਆ ਏ। ਅੱਜ ਉਹਨਾਂ ਦੀ ਬਰਸੀ ਮੌਕੇ ਅਸੀਂ ਇੱਕ ਵਿਸ਼ੇਸ਼ ਪੇਸ਼ਕਸ਼ ਲੈ ਕੇ ਹਾਜ਼ਰ ਹੋਏ ਹਾਂ। ਸਿੱਖ ਇਤਿਹਾਸ ਜਿੱਥੇ ਸ਼ਹਾਦਤਾਂ ਨਾਲ ਭਰਿਆ ਹੈ, ਉੱਥੇ ਹੀ ਅਜਿਹੇ ਨੌਜਵਾਨਾਂ ਦੀ ਗਵਾਹੀ ਵੀ ਭਰਦਾ ਹੈ ਜਿਨ੍ਹਾਂ ਨੇ ਹੱਕ, ਸੱਚ ਅਤੇ ਜ਼ੁਲਮ ਦੇ ਖਿਲਾਫ ਹਮੇਸ਼ਾ ਆਵਾਜ਼ ਬੁਲੰਦ ਕੀਤੀ। ਅਜਿਹੇ ਹੀ ਦੋ ਸਿੱਖ ਨੌਜਵਾਨ ਸਨ, ਸ਼ਹੀਦ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਸੁਖਦੇਵ ਸਿੰਘ ਸੁੱਖਾ, ਜਿਨ੍ਹਾਂ ਦੀ ਅਦੁੱਤੀ ਬਹਾਦਰੀ ਤੇ ਲਾਸਾਨੀ ਸ਼ਹਾਦਤ ਨੂੰ ਅਸੀਂ ਪ੍ਰਣਾਮ ਕਰਦੇ ਹਾਂ। 1984 ਨੂੰ ਆਪਰੇਸ਼ਨ ਬਲੂ ਸਟਾਰ ਹੋਇਆ ਤੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ। ਉਸ ਆਪਰੇਸ਼ਨ ਦੀ ਰੂਪਰੇਖਾ ਤਿਆਰ ਕੀਤੀ ਸੀ ਜਨਰਲ ਵੈਦੇ ਨੇ। ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਨੇ ਉਸ ਹਾਦਸੇ ਦੇ ਵਿਰੋਧ ਵਿੱਚ ਜਨਰਲ ਵੈਦੇ ਨੂੰ 10 ਅਗਸਤ 1986 ਦੇ ਦਿਨ ਪੁਣੇ ਵਿੱਚ ਗੋਲੀਆਂ ਮਾਰ ਦਿੱਤੀਆਂ ਸਨ, ਜਿਸ ਦੇ ਬਾਅਦ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਨੂੰ ਅੱਜ ਦੇ ਦਿਨ ਯਾਨੀ ਕਿ 9 ਅਕਤੂਬਰ 1992 ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਹਰਜਿੰਦਰ ਸਿੰਘ ਜਿੰਦਾ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੋਇਆ ਸੀ 1962 ਨੂੰ। ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਤਾਂ ਉਸ ਸਮੇਂ ਉਹ ਵਿਦਿਆਰਥੀ ਸਨ। ਇਸ ਆਪਰੇਸ਼ਨ ਤੋਂ ਬਾਅਦ ਉਹਨਾਂ ਨੇ ਪੜ੍ਹਾਈ ਛੱਡ ਦਿੱਤੀ ਤੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਅੰਦੋਲਨ ਦੇ ਵਿੱਚ ਸ਼ਾਮਲ ਹੋ ਗਏ। ਸੁਖਦੇਵ ਸਿੰਘ ਸੁੱਖਾ ਦਾ ਜਨਮ ਰਾਜਸਥਾਨ ਦੇ ਗੰਗਾਨਗਰ ਵਿੱਚ ਹੋਇਆ। 1984 ਨੂੰ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ ਤਾਂ ਉਸ ਸਮੇਂ ਉਹ MA ਦੀ ਪੜ੍ਹਾਈ ਕਰ ਰਹੇ ਸਨ, ਪਰ ਇਸ ਹਾਦਸੇ ਤੋਂ ਬਾਅਦ ਸੁਖਦੇਵ ਸਿੰਘ ਸੁੱਖਾ ਨੇ ਵੀ ਪੜ੍ਹਾਈ ਨੂੰ ਛੱਡ ਦਿੱਤਾ। ਕਿਹਾ ਜਾਂਦਾ ਹੈ ਕਿ ਆਪਰੇਸ਼ਨ ਬਲੂ ਸਟਾਰ ਦਾ ਸਾਰਾ ਬਲੂਪ੍ਰਿੰਟ ਜਨਰਲ ਅਰੁਣ ਵੈਦੇ ਨੇ ਤਿਆਰ ਕੀਤਾ ਸੀ। ਉਹਨਾਂ ਨੇ ਹੀ ਇਸ ਘਟਨਾ ਨੂੰ ਅੰਜਾਮ ਤੱਕ ਪਹੁੰਚਾਇਆ ਸੀ। ਆਪਰੇਸ਼ਨ ਤੋਂ ਬਾਅਦ ਜਨਰਲ ਵੈਦੇ ਰਿਟਾਇਰ ਹੋਏ ਤੇ ਪੁਣੇ ਜਾ ਕੇ ਰਹਿਣ ਲੱਗ ਗਏ। 10 ਅਗਸਤ 1986 ਦਾ ਦਿਨ ਸੀ ਜਦੋਂ ਜਨਰਲ ਵੈਦੇ ਆਪਣੀ ਪਤਨੀ ਦੇ ਨਾਲ ਮਾਰਕੀਟ ਤੋਂ ਵਾਪਸ ਆ ਰਹੇ ਸੀ। ਜਿੰਦਾ ਤੇ ਸੁੱਖਾ ਨੇ ਉਸ ਸਮੇਂ ਉਹਨਾਂ ਤੇ ਗੋਲੀਆਂ ਦਾਗੀਆਂ। ਜਨਰਲ ਵੈਦੇ ਨੂੰ ਗੋਲੀਆਂ ਮਾਰਨ ਤੋਂ ਬਾਅਦ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਉੱਥੋਂ ਚਲੇ ਗਏ, ਪਰ ਬਾਅਦ ਵਿੱਚ ਇਹਨਾਂ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ
ਤੇ 9 ਅਕਤੂਬਰ 1992 ਦਾ ਹੀ ਦਿਨ ਸੀ ਜਦੋਂ ਪੂਨੇ ਦੀ ਜੇਲ੍ਹ ਵਿੱਚ ਇਹਨਾਂ ਨੂੰ ਫਾਂਸੀ ਦੇ ਦਿੱਤੀ ਗਈ। ਕਹਿੰਦੇ ਨੇ ਕਿ ਫਾਂਸੀ ਦਾ ਫੰਦਾ ਚੁੰਮਣ ਤੋਂ ਪਹਿਲਾਂ ਇਹਨਾਂ ਸਿੱਖ ਨੌਜਵਾਨਾਂ ਦੇ ਮੂੰਹੋਂ ਸਿੱਖਾਂ ਦੀ ਆਜ਼ਾਦੀ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਨਿਕਲਦੇ ਰਹੇ। दर्शकों, शहीद सुखदेव सिंह सुखा ते शहीद हरजिंदर सिंह जिंदा दियां तस्वीरां केंद्रीय सिख अजायब घर विच लगियां होईयां ने। अज उन्हां दी बरसी मौके असी विशेष पेशकश लैके हाजिर होए सां। एकम मीडिया ग्रुप कौम दे शहीदां नूं अकीदत दे फुल भेट करदा है। वाहिगुरु जी का खालसा, वाहिगुरु जी की फतेह। व्यूअर्स, ए सी अज दी वीडियो जिंदा ते सुखा जिंदाबाद। मैं कहना क्या बात है, शहीद अज दे दिन उन्होंने शहीद किया गया। इन्हां दी आपां बायोग्राफी देखन दे सके कि किड्डे बहादुर एक दो नौजवान सी। वीडियो देख के ते मैनू गुरु गोबिंद सिंह जी दे दो साहबजादे याद आ गए, जिन्हां ने चमकौर दी घड़ी दे विच अपनियां जानां कुरबान कर दित्तियां सी। उन्हां नूं पता सीगा कि असीं इत्थों जिंदा नहीं बच सकते, असी इत्थे शहीद ही होना वै, लेकिन उन्होंने अपनियां जानां कुरबान कर दित्तियां सी। इसे तरह ही इन्हां नूं भी पता सीगा कि असी नहीं बचना, असी जनरल वैद्यां नूं मार के इहनूं असी दुनिया तो ख़त्म करके असी नहीं बचना, पर फिर भी उन्होंने एडी वड्डी कुरबानी दे दित्ती। बाबा जरनैल सिंह भिंडरा जी आला अज दुनिया के उत्ते नहीं है, इंदिरा गांधी अज दुनिया के उत्ते नहीं है। मतलब मेरे कहन दा ये है कि अज ना ही जनरल वैद्या जिन्हों इन्होंने मौत के घाट उतारिया, ना ही अज दुनिया के उत्ते जिंदा ते सुखा वै। तुसी मैनू अपने दिल ते हाथ रख के सच्चे दिल नाल जिहड़े लोग जिंदा ते सुखा नूं जिहड़े गलत कहिंदे आ, ओह मैनू अपने दिल ते हाथ रख के सच्ची गल दसो। मरना ते असी भी हैं, दुनिया तो असी भी जाना। अगर बाबा जरनैल सिंह भिंडरांवाला, अगर इंदिरा गांधी दुनिया के उत्ते नहीं है तो रहना असी भी नहीं है। एक चीज़ रहेगी दुनिया के उत्ते, उहदा नाम है सच। अपने दिल ते हाथ रख के तुसी सच्ची गल दसो, दोवां चों कामयाब कौन होए है? इंदिरा गांधी कामयाब हुई है या बाबा जरनैल सिंह भिंडरांवाला कामयाब होया? इन्हां ने की समझिया, गौरमेंट ने की समझिया, गोदी मीडिया अजकल दी की समझदी है? असी मतलब कि इन्हां नूं शहीद करके, असी ब्लू स्टार का ऑपरेशन करके, असी बाबा जरनैल सिंह भिंडरांवाले नूं शहीद करके कि असी कामयाब हो जावांगे? नहीं, ये कामयाब नहीं हुई। हिस्टरी ने साबित की किया वै, अज दुनिया की, अज दुनिया असी, साढ़े को पुछो कौन कामयाब होया वै? अज कामयाब होया तो बाबा जरनैल सिंह भिंडरांवाला कामयाब होया वै। अज कामयाब होया वै तो जिंदा तो सुखा कामयाब होया वै, दोवें ना दुनिया के उत्ते जिंदा सुखा वै तो ना ही जनरल वैदिया वै। पर जितया कौन है, हक के उत्ते कौन सीगा? यही गुरु गोबिंद सिंह जी का पैगाम है। चाहे ताड़ी जान जाती है जाए, चाहे ताड़ा माल जाता वै जाए, चाहे ताड़ी औलाद जाती है जाए, पर हक का साथ नहीं छड़ना। हक ते रहोगे तो कामयाब, यही तो कामयाबी है। हिस्टरी ने साबित की किया कि कामयाब कौन होए है? कामयाब होए है तो जिंदा तो सुखा होए है। अगर कामयाब होए है तो बाबा जरनैल सिंह भिंडरांवाला कामयाब होया, क्योंकि वो एक हक ते सीगे, वो एक सच ते सीगे। बाकी जिंदा तो सुखा दी मैं एक होर गल सुनन दिया सीगा, इन्हां ने जाके फांसी के फंदे नूं जाके चुम्मिया और बड़े खुश सीगे, क्योंकि खुशी इन्हां नूं इस वास्ते सीगे क्योंकि इन्हां नूं पता सी असी हक दे उत्ते हैं, असी को किसी ना धोखा, को किसी ना फ्राड नहीं किया। अजकल लोग मौत तो क्यों डरते हैं? क्योंकि उन्होंने सारी जिंदगी धोखा तो फ्राड ही तो किया होंगे, होर उन्होंने किया क्यों होंगे? इस वास्ते उन्होंने मौत तो डर लगता वै। जिहड़ा बंदा जिहड़ा हक दे उत्ते खलोवे ना, जिहड़ा सच दे उत्ते खलोवे, उन्हूं मौत दे उत्ते डर नहीं लगता। फिर वो अपनी औलाद, अपना माल, अपना औलाद नहीं वेखदा, फिर वो हक सच दे उत्ते कुरबान कर दिंदा। इहो ही गुरु गोबिंद सिंह जी का पैगाम है, हक ते रहना, हक ते खलोवोगे ते कामयाब है। ते बाकी इन्हां दी एक बड़ी एक मसाली एक शहीदी है, मैनू ते गुरु गोबिंद सिंह जी ते साहिबजादे याद आ गए। ते बाकी वीडियो बड़ी ज़्यादा अच्छी सीगी, ते असी भी अज, असी मैं खुद मुसलमान, असी पंजाबी, असी सुखा नूं ते जिंदा नूं असी अज सलाम पेश करने हैं, सलूट पेश करने हैं, बाबा जरनैल सिंह भिंडरांवाले नूं सलूट पेश करने हैं। सो व्यूअर्स, मेरी एक अपनी राय सी, मेरा एक अपना ख्याल सी, ताड़ा ही ख्याल है, ताड़ी की राय है, तुसीं थल्ले कमेंट बॉक्स विच लाजमी दसो। ए सी अज दी वीडियो, मिलांगे तुहानू अगली वीडियो वास्ते। इजाजत चाहुंदे हैं, अल्लाह हाफिज़।